ਅਤੇ ਸਰ ਮੈਂ ਬਸੀ ਤੋਂ ਆਉਂਦਾ ਅਤੇ ਬਸੀ ਦੀ ਜਿਵੇਂ ਲੋੜ ਇਸ ਟਾਈਮ ਦੇਖੀ ਜਾਵੇ ਤਾਂ ਇੰਡਸਟਰੀ ਨੂੰ ਲੈ ਕੇ ਕਾਫੀ ਜ਼ਿਆਦਾ ਆਪਣੇ ਆਪ ਦੇ ਵਿੱਚ ਚਰਚਾਵਾਂ ਨੇ। ਤੁਹਾਨੂੰ ਵੀ ਪਤਾ ਬਸੀ ਦੇ ਵਿੱਚ ਪਹਿਲਾਂ ਡੱਬੀ ਫੈਕਟਰੀ ਹੁੰਦੀ ਸੀ, ਬਹੁਤ ਜ਼ਿਆਦਾ ਮਸ਼ਹੂਰ ਹੁੰਦੀ ਸੀ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਹੀ। ਅੱਜ ਉਹ ਆਪਣੇ ਆਖਰੀ ਸਾਹ ਗਿਣ ਰਹੀ ਹੈ। ਜਿਹੜੀ ਉੱਥੇ ਇੰਡਸਟਰੀ ਸੀ ਉਹ ਬਿਲਕੁਲ ਹੀ ਘਟ ਕੇ ਜਮਾਂ ਹੀ ਮਤਲਬ ਨਾ ਮਾਤਰ ਰਹਿ ਚੁੱਕੀ ਹੈ, ਲੋਕ ਉੱਥੋਂ ਬਾਹਰ ਜਾ ਰਹੇ ਨੇ। ਤੁਸੀਂ ਉਹਨਾਂ ਦੇ ਲਈ ਕੀ ਕਰੋਗੇ ਜਾਂ ਫਿਰ ਆਪਣੀ ਸਰਕਾਰ ਤੁਸੀਂ ਕੀ ਕੀਤਾ? ਮੈਂ ਦੱਸਦਾ ਜੀ, ਉੱਥੇ ਬਹੁਤ ਦੇਰ ਤੋਂ ਜਿਵੇਂ ਤੁਸੀਂ ਬਸੀ ਨੂੰ ਬਿਲੋਂਗ ਕਰਦੇ ਹੋ, ਉੱਥੇ ਸਿਲਾਈ ਮਸ਼ੀਨਾਂ ਦਾ ਕੰਮ ਸੀਗਾ, ਵੀ ਉੱਥੇ ਸਿਲਾਈ ਮਸ਼ੀਨਾਂ ਕਰਕੇ ਬਸੀ ਜਾਣਿਆ ਜਾਂਦਾ ਸੀ। ਅਤੇ ਜਦੋਂ ਮੈਂ 17 'ਚ ਉੱਥੇ ਗਿਆ, ਮੇਰਾ ਇਹ ਸੀ ਵੀ ਮੈਂ ਇੱਥੇ ਇੰਡਸਟਰੀ ਲੈ ਕੇ ਆਵਾਂਗਾ ਵੀ ਮੈਂ, ਪਰ ਮੈਨੂੰ ਉਦੋਂ ਜਦੋਂ ਆਪਣਾ 18 ਦੀ ਗੱਲ ਹੈ ਤਾਂ ਉੱਥੇ ਬੇਰਕਾ ਤੁਹਾਨੂੰ ਬੜਾ ਵੱਡਾ ਪਲਾਂਟ ਉੱਥੇ ਲੱਗਿਆ, ਅਤੇ ਉਹ ਵੀ ਮੇਰੀ ਕੋਸ਼ਿਸ਼ ਕਰਕੇ 26 ਏਕੜ 'ਚ ਪ੍ਰੋਜੈਕਟ ਲੱਗਿਆ ਸੀਗਾ ਵੀ ਮੈਂ ਉੱਥੇ ਇੰਡਸਟਰੀ ਲੈ ਕੇ ਆਵਾਂ। ਚਲੋ ਇੰਡਸਟਰੀ ਹੋ ਗਈ ਜੀ, ਲੱਗ ਵੀ ਗਿਆ ਸਾਰਾ ਕੁਛ ਉੱਥੇ, ਘੱਟੋ ਘੱਟ ਆਉਣ ਵਾਲੇ ਟਾਈਮ ਚੱਲੇ ਨਾ ਚਾਲੂ ਹਾਲ ਚੱਲੇ, ਮਤਲਬ ਕੰਮ ਸ਼ੁਰੂ ਹੋਇਆ, ਆਉਣ ਵਾਲੇ ਟਾਈਮ 'ਚ ਜਿਹੜੀ ਉੱਥੇ ਜੋਬ ਲੋਕਾਂ ਨੂੰ ਮਿਲਣਗੀਆਂ। ਬਾਕੀ ਬਸੀ ਸ਼ਹਿਰ ਦੀ ਮੈਂ ਗੱਲ ਕਰਦਾ, ਬਸੀ ਸ਼ਹਿਰ ਜਿਹੜਾ ਸੁੰਦਰ ਕਰਨ 'ਚ ਮੇਰਾ ਬਹੁਤ ਵੱਡਾ ਯੋਗਦਾਨ, ਤੁਹਾਨੂੰ ਪਤਾ ਹੀ ਹੈ ਸਰ ਵੀ ਜਿੱਥੇ ਜਾਣ ਨੂੰ ਵੀ ਰਸਤਾ ਨਹੀਂ ਸੀਗਾ ਅਤੇ ਉੱਥੇ ਮੈਂ ਬਸੀ ਰਸਤੇ ਵੀ ਬਣਾਏ, ਅਤੇ ਆਉਣ ਵਾਲੇ ਟਾਈਮ 'ਚ ਸਾਡੇ ਇੱਕ ਬਹੁਤ ਵੱਡਾ ਉੱਥੇ ਬਾਂਦਰਾਂ ਟੋਭਾ ਜਿਹਨੂੰ ਕਹਿੰਦੇ ਹਾਂ ਆਪਾਂ, ਅਤੇ ਉੱਥੇ ਆਉਣ ਵਾਲੇ ਟਾਈਮ 'ਚ ਬਹੁਤ ਵਧੀਆ ਪਾਰਕ ਮੈਂ ਬਣਾਊਂਗਾ। ਉਹ ਮੇਰਾ ਮਿਸ਼ਨ ਸੀ ਮੈਂ ਬਸੀ ਸ਼ਹਿਰ ਨੂੰ ਸੁੰਦਰ ਕਰਨਾ, ਕਿਉਂਕਿ ਸ੍ਰੀ ਫਤਿਹਗੜ੍ਹ ਸਾਹਿਬ ਸਾਡਾ ਬੜਾ ਇਤਿਹਾਸਿਕ, ਸਾਡਾ ਜਿੱਥੇ ਬਹੁਤ ਵੱਡੀ ਕੁਰਬਾਨੀ ਸਾਡੇ ਗੁਰਪੀਰ ਪੈਗੰਬਰਾਂ ਦੀ ਹੋਈ ਹੈ, ਜਿਵੇਂ ਮਾਤਾ ਗੁਜਰ ਕੌਰ ਅਤੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ। ਆਉਣ ਵਾਲੇ ਟਾਈਮ 'ਚ ਪਰਮਾਤਮਾ ਸੁੱਖ ਰੱਖੇ ਜਿਹੜੀ ਸਾਡੀ ਭਾਈਵਾਲ ਹੈ ਅੱਜ, ਜਿਹੜਾ ਹੁਣ ਤਾਂ ਬਸੀ ਤੱਕ ਸੀਮਤ ਨਹੀਂ ਰਹਿ ਗਿਆ ਨਾ, ਹਾਂਜੀ ਅਤੇ ਅੱਗੇ ਹਲਕੇ ਸ੍ਰੀ ਹੋਰ ਜੁੜ ਗਏ ਨੇ, ਬਾਬਾ ਜਗ੍ਹਾ ਹੋ ਗਈ, ਕਿੱਥੇ ਹੈਰੀਟੇਜ ਇੱਕ ਟੂਰਿਸਟ ਹੱਬ ਬਣਾਉਣਾ ਚਾਹੁੰਦਾ ਤਾਂ ਕਿ ਉੱਥੇ ਦੂਜੀਆਂ ਕੰਟਰੀਆਂ ਤੋਂ ਲੋਕ ਦੂਜੀਆਂ ਸਟੇਟਾਂ ਤੋਂ ਆ ਕੇ ਉਹ ਸ਼ਹਾਦਤ ਵਾਲੀ ਧਰਤੀ ਨੂੰ ਯਾਦ ਵੀ ਕਰੇ, ਉੱਥੇ ਆ ਕੇ ਮੱਥਾ ਟੇਕਣ। ਸਰ ਇੱਕ ਹੋਰ ਸਵਾਲ ਸੀਗਾ ਮੇਰਾ, ਸਰ ਜਿਵੇਂ ITI ਆ ਉੱਥੇ ਬਸੀ ਦੇ ਵਿੱਚ, ਅਤੇ ਤੁਹਾਨੂੰ ਪਤਾ ITI ਦੇ ਵਿੱਚ ਉੱਥੋਂ ਕਾਫੀ ਦੂਰੋਂ ਦੂਰੋਂ ਲੋਕ ਕੋਰਸ ਕਰਨ ਦੇ ਲਈ ਆਉਂਦੇ ਸੀਗੇ, ਪਰ ਹੁਣ ਉੱਥੇ ਅੱਧੀ ਸਟ੍ਰੀਮਸ ਬੰਦ ਹੋ ਗਈਆਂ ਨੇ, ਮਤਲਬ ਕਿ ਉਹ ਵੀ ਇੱਕ ਤਰ੍ਹਾਂ ਦੀ ਬਹੁਤ ਘੱਟ ਸਟ੍ਰੀਮਸ ਰਹਿ ਗਈਆਂ ਨੇ, ਅਤੇ ਤੁਸੀਂ ਵੀ ਸਰਕਾਰ ਦੇ ਵਿੱਚ ਰਹੇ ਹੋ, ਕਾਂਗਰਸ ਸਰਕਾਰ ਰਹੀ ਹੈ, ਤੁਸੀਂ ਉਹਨਾਂ ਦੇ ਲਈ ਕੀ ਕੀਤਾ ਕਿ ਦੁਬਾਰਾ ਤੋਂ ਚੱਲ ਜਾਣ? ਕਿਉਂਕਿ ਅੱਜ ਅਸੀਂ ਵੀ ਦੇਖਦੇ ਹਾਂ ਕਿ ਇਸ ਸਮੇਂ ਉੱਥੇ ਪੂਰਾ ਮੇਲਾ ਭਰਦਾ ਹੁੰਦਾ ਸੀ ਦੁਪਹਿਰ ਦੇ ਸਮੇਂ, ਅਤੇ ਅੱਜ ਚਲੇ ਜਾਓ ਬਿਲਕੁਲ ਉੱਥੇ ਸਟੂਡੈਂਟਸ ਬਿਲਕੁਲ ਹੀ ਨਾ ਮਾਤਰ ਨੇ। ਐਕਚੁਅਲੀ ਕਿ ਮੈਂ ਨਾ ਪਹਿਲਾਂ ਬੜੀ ਕੋਸ਼ਿਸ਼ ਕੀਤੀ ਹੈ, ਉਹ ਜਦੋਂ 2-2.5 ਸਾਲ ਪਹਿਲਾਂ ਮੈਂ ਕੋਸ਼ਿਸ਼ ਕੀਤੀ, ITI ਦਾ ਜਿਹੜਾ ਮਹਿਕਮਾ ਸੀ ਨਾ ਜੀ ਉਹ ਸਾਡੇ ਚਰਨਜੀਤ ਚੰਨੀ ਕੋਲ ਸੀਗਾ, ਜਦੋਂ ਮੈਂ MLA ਬਣਿਆ ਉਹ ਮੰਤਰੀ ਬਣ ਗਏ, ਉਹਨਾਂ ਕੋਲ ਟੈਕਨੀਕਲ ਐਜੂਕੇਸ਼ਨ ITI ਉਹਦੇ ਵਿੱਚ ਆਉਂਦੀ ਹੈ, ਜਦੋਂ ਮੈਂ ਉਹਨਾਂ ਕੋਲ ਜਾਣਾ ਕੋਈ ਕਰਨ ਲਈ, ਮਤਲਬ ਹਮੇਸ਼ਾ ਨੈਗਟਿਵਿਟੀ ਮੈਨੂੰ ਦੇਖੀ ਹੈ, ਮਤਲਬ ਇੱਕ ਦੋ ਵਾਰੀ ਸਾਡੀ ਬਹਿਸ ਵੀ ਹੋਈ ਹੈ, ਅਤੇ ਉਹਨਾਂ ਨੇ ਕੋਈ ਉੱਥੇ ITI ਲਈ ਕੋਈ ਕੰਮ ਨਹੀਂ ਕੀਤਾ, ਉਹ ਮੈਨੂੰ ਸਭ ਤੋਂ ਵੱਡਾ ਮੇਰੇ ਲਈ ਉਹ ਡਰੋਬੈਕ ਸੀਗਾ। ਉਹਨਾਂ ਨੂੰ ਜਦੋਂ ਮਿਨਿਸਟਰ ਬਣ ਗਏ ਅਤੇ ਉਹਨਾਂ ਨਾ ਬਣਨ ਕਰਕੇ ਜਿਹੜੀ ITI ਦਾ ਕੰਮ ਉਹ ਪਿੱਛੇ ਰਹਿ ਗਿਆ ਸੀ। ਸਰ ਫਿਰ ਤੁਸੀਂ ਉੱਪਰ ਨਹੀਂ ਗੱਲ ਕੀਤੀ ਕਿਸੇ ਨਾਲ ਕਿ ਜਦ ਉਹ ਗੱਲ ਨਹੀਂ ਸੁਣ ਰਹੇ, ਕਿਉਂਕਿ ਇੱਕ ਪਾਸੇ ਤਾਂ ਆਪਾਂ ਰੁਜ਼ਗਾਰ ਦੀ ਗੱਲ ਕਰਦੇ ਹਾਂ, ਪਰ ਜਦ ਨੌਜਵਾਨਾਂ ਨੂੰ ਕੋਈ ਰੁਜ਼ਗਾਰ ਹੀ ਨਹੀਂ ਹੈ ਕਿਉਂਕਿ ਉੱਥੋਂ ਦੀ ਰੁਜ਼ਗਾਰ ਮਿਲਦਾ ਸੀ। ਮੈਂ ਸ਼ਾਇਦ ਪੰਜਾਬ 'ਚ ਮੈਂ ਇਕੱਲਾ ਸ਼ਾਇਦ MLA ਹੋਵਾਂ ਜਿਹਨੇ ਘੱਟੋ ਘੱਟ 1000 ਤੋਂ 1200 ਨੂੰ ਲੋਕਾਂ ਨੂੰ ਨੌਕਰੀ ਲਵਾਇਆ। ਇਹ ਨਹੀਂ ਉਹਨਾਂ ਨੂੰ ਗੌਰਮੈਂਟ ਜੋਬ ਦਿੱਤੀ, ਕਿਉਂ ਗੌਰਮੈਂਟ ਜਿਹੜੀ ਜੋਬ ਦੇਣੀ ਉਹ ਕੁਆਲਿਟੀ ਐਜੂਕੇਸ਼ਨ, ਅੱਜ ਟੈਸਟ ਹੁੰਦੇ ਆ, ਜਿਹੜੇ ਬੱਚੇ ਮੈਰਿਟ 'ਚ ਆਉਂਦੇ ਆ ਉਹ ਅੱਜ ਜੋਬ ਲੱਗਦੇ ਆ ਜਿਹਨਾਂ ਕੁਆਲਿਟੀ ਐਜੂਕੇਸ਼ਨ ਹੈਗੀ ਹੈ। ਪਰ ਸਾਡੇ ਜਿਹੜੇ ਪਿੰਡਾਂ ਵਾਲੇ ਆ ਲੋਕ, ਕੋਈ +2 ਪਾਸ ਹੈ, ਕੋਈ ਅੱਡ ਕੋਈ 10th ਪਾਸ ਹੈ, ਅਤੇ ਉਹਨਾਂ ਨੂੰ ਜਿਹੜੀ ਕੋਸ਼ਿਸ਼ ਕੀਤੀ ਹੈ, ਜਿਹਨੂੰ ਮੈਂ ਸਪੋਜ ਕਰੋ ਕਿਸੇ ਨੂੰ ਮੈਂ ਪੰਪ 'ਤੇ ਲਵਾ ਤਿਆ, ਜਾਂ ਕਿਸੇ ਨੂੰ ਕਿਤੇ ਯੂਨੀਵਰਸਿਟੀ ਲਵਾ ਤਿਆ, ਜਾਂ ਕਿਸੇ ਨੂੰ ਕਾਲਜ ਲਵਾ ਤਿਆ, ਜੇ ਕੁੜੀ ਕੋਈ MEd ਕੀਤੀ ਹੈ ਜਾਂ ਕਿਸੇ ਨੇ BEd ਕੀਤੀ ਹੈ ਉਹਨੂੰ ਪ੍ਰਾਈਵੇਟ 15,000 'ਤੇ ਜੋਬ ਲਵਾ ਤਿਆ, ਕਿਸੇ ਨੂੰ 20,000 ਲਵਾ ਤਿਆ। ਕਹਿਣ ਦਾ ਮਤਲਬ ਜਿਹਨੂੰ ਕੋਈ ਕਮਾਈ ਹੈ ਨਹੀਂ ਉਹਦੇ ਲਈ ਤਾਂ 15,000 ਬਹੁਤ ਹੈ, ਅਤੇ ਬੜੀ ਕੋਸ਼ਿਸ਼ ਕੀਤੀ ਹੈ ਮੈਂ ਜੋਬ ਦੀ,
ਆਉਣ ਵਾਲੇ ਟਾਈਮ 'ਚ ਵੀ ਮੈਂ ਪੂਰੀ ਕੋਸ਼ਿਸ਼ ਕਰਾਂਗਾ, ਕਿਉਂਕਿ ਸਾਡੇ ਜਿਹੜਾ ਸਾਡੇ ਗੋਬਿੰਦਗੜ੍ਹ ਇੱਕ ਸਟੀਲ ਸਿਟੀ ਤੋਂ ਜਾਣਿਆ ਜਾਂਦਾ, ਅਤੇ ਆਉਣ ਵਾਲੇ ਟਾਈਮ 'ਚ ਉਹਨੂੰ ਡਿਵੈਲਪ ਚੰਗੇ ਕਰਾਂਗੇ, ਉੱਥੇ ਇੰਡਸਟਰੀ ਲੈ ਕੇ ਆਵਾਂਗੇ ਸਾਡੇ, ਜਾਂ ਕਿ ਤੁਹਾਡੇ ਬਾਅਦ 'ਚੋਂ ਜਿਹੜੇ ਨੌਜਵਾਨ ਆ ਜਾਂ ਕੁੜੀਆਂ ਸਾਡੇ ਮੁੰਡੇ ਨੇ ਉੱਥੇ ਨੌਕਰੀ ਲੈਣ।